ਅਸੀਂ ਧੰਨਵਾਦੀ ਹਾਂ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂਵੇਲਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਪ੍ਰੋਗਰਾਮ ਰਿਸ਼ਮਾ ਵਿਸ਼ਾ ਇਕਾਗਰਤਾ ਜ਼ਰੂਰੀ ਜੀਵਨ ਨੂੰ ਮਜ਼ਬੂਤ ਅਤੇ ਸਾਰਥਕ ਬਣਾਉਣ ਵਿੱਚ ਇਕਾਗਰਤਾ ਦੀ ਬਹੁਤ ਮਹੱਤਤਾ ਹੈ। ਮਨ ਦੀ ਇਕਾਗਰਤਾ ਸਾਡੀ ਸ਼ਕਤੀ ਦੀ ਬੁਨਿਆਦ ਬਣਦੀ ਹੈ। ਇਹ ਜੀਵਨ ਦੀਆਂ ਸਮੁੱਚੀਆਂ ਸ਼ਕਤੀਆਂ ਨੂੰ ਸਮੇਟ ਕੇ ਮਾਨਸਿਕ ਕ੍ਰਾਂਤੀ ਪੈਦਾ ਕਰਦੀ ਹੈ। ਇਕਾਗਰ ਮਨ ਭਟਕਣ ਦੇ ਸ਼ਿਕਾਰ ਦਿਮਾਗ ਦੇ ਮੁਕਾਬਲੇ ਮੌਕਿਆਂ ਦਾ ਵੱਧ ਲਾਹਾ ਲੈਂਦਾ ਹੈ। ਇਕਾਗਰਤਾ ਇੱਕ ਤਰ੍ਹਾਂ ਨਾਲ ਸਾਡੀਆਂ ਸ਼ਕਤੀਆਂ ਨੂੰ ਜਾਗ੍ਰਿਤ ਕਰਕੇ ਮੁਸ਼ਕਲਾਂ ਨੂੰ ਹਟਾ ਕੇ ਸਾਡੇ ਲਈ ਮਾਰਗ ਤਿਆਰ ਕਰਦੀ ਹੈ। ਇਕਾਗਰਤਾ ਵਿੱਚ ਉਹ ਊਰਜਾ ਹੁੰਦੀ ਹੈ ਕਿ ਇਹ ਕਾਹਲ ਨੂੰ ਸ਼ਾਂਤ ਕਰ ਦਿੰਦੀ ਹੈ। ਜਰਮਨ ਮਹਾਂਕਵੀ ਗੇਟੇ ਨੇ ਕਿਹਾ ਹੈ ਕਿ ਜਿੱਥੇ ਵੀ ਤੂੰ ਹੈ ਪੂਰੀ ਤਰ੍ਹਾਂ ਉੱਥੇ ਹੀ ਰਹਿ। ਇਹ ਮਹਾਂਮੰਤਰ ਹੈ ਜਿਸ ਦਾ ਮਕਸਦ ਇਹ ਹੈ ਕਿ ਇੱਕ ਸਮੇਂ ਵਿੱਚ ਸਿਰਫ ਇੱਕ ਕੰਮ ਹੀ ਕਰੋ। ਜੋ ਕੰਮ ਹੱਥ ਵਿੱਚ ਹੈ ਉਸ ਵਿੱਚ ਆਪਣੀ ਸਾਰੀ ਸ਼ਖਸੀਅਤ ਨੂੰ ਕੇਂਦਰਿਤ ਕਰੋ। ਨਤੀਜਾ ਕੀ ਹੋਵੇਗਾ ਇਹ ਨਾ ਸੋਚੋ। ਕੰਮ ਖਤਮ ਹੋਣ 'ਤੇ ਨਤੀਜਾ ਚਾਹੇ ਕੁਝ ਵੀ ਹੋਵੇ ਪਛਤਾਵਾ ਨਾ ਕਰੋ। ਅਸਲ ਵਿੱਚ ਪੂਰਨ ਇਕਾਗਰਤਾ ਹੀ ਸਫਲਤਾ ਦੀ ਕੁੰਜੀ ਹੈ। ਜੋ ਲੋਕ ਮਨ ਨੂੰ 'ਚ ਫੇਰੇ ਭਜਾ ਕੇ ਕੰਮ ਕਰਦੇ ਹਨ ਉਹਨਾਂ ਨੂੰ ਇਸ ਦਾ ਨੁਕਸਾਨ ਬਾਅਦ ਵਿੱਚ ਪਤਾ ਲੱਗਦਾ ਹੈ। ਡੇਲ ਕਾਰਨੇਗੀ ਕਹਿੰਦੇ ਹਨ ਕਿ ਨੌਜਵਾਨਾਂ ਦਾ ਵਪਾਰ ਅਸਫਲ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹ ਆਪਣੇ ਮਨ ਨੂੰ ਇਕਾਗਰ ਨਹੀਂ ਕਰ ਪਾਉਂਦੇ। ਦਰਅਸਲ ਤੁਹਾਡੇ ਵਿਚਾਰਾਂ ਦਾ ਸੰਪੂਰਨ ਵਹਾਅ ਤੁਹਾਡੇ ਆਦਰਸ਼ ਵੱਲ ਵਧਣਾ ਚਾਹੀਦਾ ਹੈ, ਉਸ ਦੇ ਉਲਟ ਜਾਂ ਵੱਖ ਦਿਸ਼ਾ ਵਿੱਚ ਨਹੀਂ। ਇਕਾਗਰਤਾ ਨਾਲ ਵੱਡੇ ਤੋਂ ਵੱਡੇ ਕੰਮ ਸੰਪੂਰਨ ਕੀਤੇ ਜਾ ਸਕਦੇ ਹਨ। ਜੇ ਅਸੀਂ ਚਾਹੀਏ ਤਾਂ ਆਪਣੇ ਉਦੇਸ਼ ਨੂੰ ਮਨ ਹੀ ਮਨ ਦੁਹਰਾਉਂਦੇ ਹੋਏ ਲਗਾਤਾਰ ਉਸ ਮਕਸਦ ਦੀ ਪੂਰਤੀ ਦਾ ਸੰਕਲਪ ਲੈਂਦੇ ਹੋਏ ਆਪਣੇ ਮਾਰਗ 'ਤੇ ਅੱਗੇ ਵੱਧਦੇ ਰਹਿ ਸਕਦੇ ਹਾਂ। ਹੌਲੀ ਹੌਲੀ ਉਸ ਮਕਸਦ ਲਈ ਕੰਮ ਕਰਨਾ ਸਾਡਾ ਸੁਭਾਅ ਬਣ ਜਾਂਦਾ ਹੈ। ਜੇ ਤੁਸੀਂ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਮਨ ਨੂੰ ਲਗਾਤਾਰ ਇਕਾਗਰ ਬਣਾ ਕੇ ਰਚਨਾਤਮਕ ਸਥਿਤੀ ਬਣਾਈ ਰੱਖ ਸਕਦੇ ਹੋ ਤਾਂ ਸਮਝ ਲਓ ਕਿ ਤੁਸੀਂ ਟੀਚੇ ਦੇ ਬਹੁਤ ਲਾਗੇ ਹੋ। ਇਕਾਗਰਤਾ ਬਾਰੇ ਸਵੇਟ ਮਾਡਰਨ ਨੇ ਕਿਹਾ ਹੈ ਕਿ ਜ਼ਬਰਦਸਤ ਇਕਾਗਰਤਾ ਤੋਂ ਬਿਨਾਂ ਕੋਈ ਵੀ ਇਨਸਾਨ ਸੂਝਬੂਝ ਵਾਲਾ ਇਜ਼ਾਦਕਾਰ ਦਾਰਸ਼ਨਿਕ ਲੇਖਕ ਅਤੇ ਮੌਲਿਕ ਕਵੀ ਜਾਂ ਖੋਜਾਰਥੀ ਨਹੀਂ ਬਣ ਸਕਦਾ।